ਵੱਖ-ਵੱਖ ਟਾਪਿਕਸ ਬਾਰੇ ਵਿਚਾਰ ਚਰਚਾ ਕਰਨ ਲਈ ਸਨ ਨਾਲ ਜੁੜ ਰਹੇ ਨੇ ਕੈਲਗਰੀ ਤੋਂ ਗੁਰਬਚਨ ਬਰਾੜ ਜੀ ਜੀ ਬਰਾੜ ਸਾਹਿਬ ਸਵਾਗਤ ਹੈ ਆਪ ਜੀ ਦਾ ਜੀ ਮੈਂ ਮਿਹਰਬਾਨੀ ਜੀਪ ਸੋਤਾ ਜੀ ਬਰਾੜ ਸਾਹਿਬ ਹਾਲ ਹੀ ਦੇ ਵਿੱਚ ਅਲਬਰਟਾ ਸਰਕਾਰ ਵੱਲੋਂ ਬਜਟ ਰੀਲੀਜ਼ ਕੀਤਾ ਗਿਆ ਹੈ ਜਦ ਤੋਂ ਬਜਟ ਰੀਲੀਜ਼ ਕੀਤਾ ਗਿਆ ਤਰ੍ਹਾਂ-ਤਰ੍ਹਾਂ ਦੇ ਵਿਵਾਦ ਖੜੇ ਹੋ ਰਹੇ ਨੇ ਹੋਨਾ ਵਿਵਾਦਾਂ ਤੋਂ ਇਲਾਵਾ ਅੱਜ ਕੇਵਲ ਤੇ ਕੇਵਲਾ ਆਪਾਂ ਕੇਂਦਰਿਤ ਕਰਦੇ ਆਂ ਜਿਹੜਾ ਅਲਬਰਟਾ ਦੇ ਵਿੱਚ ਸਕੂਲ ਕਿਉਰੀਕੂਲਮ ਹੈ ਉਸ ਨੂੰ ਲੈ ਕੇ ਹੁਣ ਆਵਾਜ਼ ਉੱਠੀ ਹੈ ਟੀਚਰਸ ਦਾ ਕਹਿਣਾ ਹੈ ਕਿ ਜਿਹੜਾ ਕਿਉਰੀਕੂਲਮ ਸੀ ਜਿਸ ਤੇ ਤਿਆਰ ਕਰਨ ਦੇ ਲਈ ਬੜਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਰਿਹਾ ਸੀ ਸਰਕਾਰ ਦੇ ਵੱਲੋਂ ਪਰ ਉਸ ਦੇ ਲਈ ਬਜਟ ਕਿਤੇ ਨਜ਼ਰ ਹੀ ਨਹੀਂ ਆ ਰਿਹਾ ਹੈ ਜਿਹੜਾ ਹੁਣ ਬਜਟ ਰੀਲੀਜ਼ ਹੋਇਆ ਇਸੇ ਬਾਰੇ ਅਪਡੇਟ ਦਿਓ ਜੀ ਆਪ ਸੋਤਾ ਜੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਪਿਛਲੀ ਐਨਡੀਪੀ ਸਰਕਾਰ ਨੇ ਵੀ ਕਾਫੀ ਜੋਰ ਸ਼ੋਰ ਨਾਲ ਜਿਹੜਾ ਨਵਾਂ ਕੋਰੀਕुलम ਜਿਹੜਾ ਬਹੁਤ ਲੰਬੇ ਸਮੇਂ ਤੋਂ ਨਹੀਂ ਉਹਦੇ ਚ ਤਬਦੀਲੀ ਕੀਤੀ ਗਈ ਸੀ ਹਮਮ ਔਰ ਬੜੇ ਵਿਸਥਾਰਤ ਤਰੀਕੇ ਨਾਲ ਉਹਨਾਂ ਨੇ ਟੀਚਰਸ ਸਪੈਸ਼ਲਿਸਟ ਨੂੰ ਬਿਠਾ ਕੇ ਜਿਹੜਾ ਕੋਰੀਕुलम ਤਿਆਰ ਕੀਤਾ ਸੀ ਪਰ ਯੂਸੀਪੀ ਸਰਕਾਰ ਨੇ ਆਉਣ ਸਾਰੀ ਉਸ ਕੋਰੀਕुलम ਨੂੰ ਰੱਦ ਕਰ ਦਿੱਤਾ ਔਰ ਇਹ ਕਹਿ ਕੇ ਕਿ ਕੇਐਨਡੀਪੀ ਦੇ ਆਪਦੀ ਜਿਹੜੀ ਆ ਪਾਲਿਸੀਜ਼ ਉਹਦੇ ਵਿੱਚ ਲੋਕਾਂ ਨੂੰ ਬੱਚਿਆਂ ਨੂੰ ਪੜਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਅਸੀਂ ਉਹ ਕਿਰਿਕਲਮ ਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਉਹਦੇ ਵਿੱਚ ਸੋਧ ਜਿਹੜੀ ਆ ਉਹ ਕਰਨੀ ਹੈ ਜੀ ਉਹਦੇ ਵਾਸਤੇ ਕਮੇਟੀ ਬਣੀ ਕਮੇਟੀ 'ਚ ਵੀ ਆਪਾਂ ਕਾਫੀ ਕੁਝ ਸੁਣਿਆ ਹੈ ਕਿ ਜਿਹੜੇ ਅਸਲ ਜਿਹੜੇ ਗਰਾਊਂਡ ਲੈਵਲ ਤੇ ਉਹਨਾਂ ਨੂੰ ਇੰਨਾ ਕਿਰਿਕਲਮ ਨੂੰ ਲਾਗੂ ਕਰਨ ਵਾਲੇ ਪੜਾਉਣ ਵਾਲੇ ਜਿਹੜੇ ਅਧਿਆਪਕ ਹੈ ਹਮ ਹਮ ਉਹਨਾਂ ਦੀ ਸ਼ਮੂਲੀਅਤ ਘੱਟ ਸੀ ਬਲਕਿ ਜਿਹੜੇ ਯੂਨੀਵਰਸਟੀਆਂ ਦੇ ਜਾਂ ਹੋਰ ਹਾਇਰ ਐਜੂਕੇਸ਼ਨ ਵਾਲੇ ਜਿਹੜੇ ਆ ਪ੍ਰੋਫੈਸ਼ਨਲ ਸੀਗੇ ਉਹਨਾਂ ਨੂੰ ਤੇ ਕੁਝ ਬਿਨਾ ਐਜੂਕੇਸ਼ਨ ਨਾਲ ਸੰਬੰਧਿਤ ਵਿਅਕਤੀਆਂ ਨੂੰ ਇਸ ਇਸ ਕਰਿਕਲਮ ਕਮੇਟੀ ਚ ਬਿਠਾਇਆ ਗਿਆ ਹਮਮ ਔਰ ਇਹਨੂੰ ਇਹਦੇ ਚ ਸੋਧਾਂ ਕੀਤੀਆਂ ਗਈਆਂ ਔਰ ਕੁਝ ਕੀਤੀਆਂ ਜਾ ਰਹੀਆਂ ਸੋ ਹੁਣ ਮਾਮਲਾ ਇਹ ਹੈ ਕਿ ਜਿਹੜਾ ਕਿਡਰ ਗਾਰਡਨ ਤੋਂ 12 ਗ੍ਰੇਡ ਤੱਕ ਦਾ ਕਰਿਕਿਊਲਮ ਹੈ ਉਹਨੂੰ ਇਹਨਾਂ ਨੇ 2-3 ਸਾਲਾਂ ਦੇ ਵਿੱਚ ਲਾਗੂ ਕਰਨਾ ਹੈ ਇਸ ਸਰਕਾਰ ਨੇ ਹਮਮ ਅ 2022 ਸਾਲ ਦੇ ਵਿੱਚ ਕਿੰਡਰਗਾਰਟਨ ਤੋਂ 6ਵੇਂ ਗ੍ਰੇਡ ਤੱਕ ਦਾੜਾ ਕੋਈ ਕਲਮਾ ਉਹ ਉਹਦੀ ਪੜ੍ਹਾਈ ਸਕੂਲਾਂ 'ਚ ਸ਼ੁਰੂ ਹੋਣੀ ਹੈ। ਹੁਣ ATA ਦਾ ਕਹਿਣਾ ਜਿਹੜੀ ਅਲਬਰਟਾ ਟੀਚਰਸ ਐਸੋਸੀਏਸ਼ਨ ਹੈ ਉਹਨਾਂ ਦੇ ਪ੍ਰੈਜ਼ੀਡੈਂਟ ਜੈਸਨ ਸ਼ੇਲਿੰਗ ਨੇ ਉਹਨਾਂ ਨੇ ਕੱਲ ਇੱਕ ਇੰਟਰਵਿਊ ਦਿੱਤੀ ਉਹਨਾਂ ਨੇ ਕਿਹਾ ਕਿ ਸਾਨੂੰ ਜੇ ਅਗਲੇ ਸਾਲ ਅਸੀਂ ਇਹਨਾਂ ਨੂੰ ਇਸ ਕੋਰੀਕਲਮ ਨੂੰ ਲਾਗੂ ਕਰਨਾ ਸਕੂਲਾਂ 'ਚ ਤਾਂ ਸਾਨੂੰ ਇਸ ਬਾਰੇ ਇਹਦੀ ਤਿਆਰੀ ਵਾਸਤੇ ਅ ਜਿਹੜੇ ਸਾਡੇ ਅਧਿਆਪਕ ਆ ਉਹਨਾਂ ਨੂੰ ਤੇ ਜਿਹੜੇ ਸਾਡੇ ਹੋਰ ਪ੍ਰੋਫੈਸ਼ਨਲ ਹੈਗੇ ਜਿਵੇਂ ਸਪੋਰਟ ਵਰਕਰ ਹੈਗੇ ਐਜੂਕੇਸ਼ਨਲ ਸਪੋਰਟ ਵਰਕਰ ਹੈਗੇ ਆ ਉਹਨਾਂ ਨੂੰ ਅਸੀਂ ਟ੍ਰੇਨਿੰਗ ਕਰਨੀ ਉਹਨਾਂ ਨੂੰ ਸਿੱਖਿਤ ਕਰਨਨਾ ਕਿ ਅਗਲੇ ਸਾਲ ਨੂੰ ਜਿਹੜਾ ਤੁਹਾਡਾ ਆ ਸਿਲੇਬਸ ਆ ਉਹਨੂੰ ਇਸ ਤਰ੍ਹਾਂ ਉਹਦੇ ਲੈਸਨ ਤਿਆਰ ਕਰਨ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਤਿਆਰ ਕਰਨ ਵਾਸਤੇ ਤੇ ਹੋਰ ਮਟੀਰੀਅਲ ਜਿਹੜਾ ਲੋੜੀਦਾ ਉਹਦੇ ਵਾਸਤੇ ਸਾਨੂੰ ਵੱਖਰਾ ਜਿਹੜਾ ਬਜਟ ਹੈ ਵੱਖਰੇ ਖਰਚੇ ਦੀ ਲੋੜ ਹੈ ਜਿਹੜਾ ਕਿ ਇਸ ਬਜਟ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਸੋ ਉਹਨਾਂ ਦੀ ਚਿੰਤਾ ਇਹ ਵਾਕਈ ਇਹ ਠੀਕ ਹੈ ਕਿਉਂਕਿ ਜੇ ਐਸਾ ਸਾਡਾ ਜਿਹੜਾ ਅਮਲਾ ਉਹ ਤਿਆਰ ਨਾ ਹੋ ਸਕੂਗਾ ਤਾਂ ਅਗਲੇ ਸਾਲ ਸਤੰਬਰ ਤੋਂ ਦੀ ਇੰਨੀਆਂ 6 7 8 ਕਲਾਸਾਂ ਨੂੰ ਪੜਾਈ ਕਿਸ ਤਰ੍ਹਾਂ ਸ਼ੁਰੂ ਕਰ ਸਕੂਗਾ ਹੂੰ ਹੂੰ ਸੋ ਇਸ ਪਹਿਲੀ ਗੱਲ ਤਾਂ ਜਿਹੜਾ ਸਾਡਾ ਬਜਟ ਹੈਗਾ ਸਿੱਖਿਆ ਦਾ ਬਜਟ ਹੈ ਉਹ 2023 ਤੱਕ ਸਰਕਾਰ ਨੇ 2.8 ਬਿਲੀਅਨ ਡਾਲਰ ਤੇ ਪ੍ਰੀਜ਼ ਕੀਤਾ ਹੋਇਆ ਉਹਨਾਂ ਨੇ ਕਿਹਾ ਕਿ ਹਰ ਸਾਲ ਇਹਨਾਂ ਨੂੰ ਜਿਹੜਾ ਸਿੱਖਿਆ ਨੂੰ ਸਵਾ 8 ਬਿਲੀਅਨ ਡਾਲਰ ਹੀ ਮਿਲੇਗਾ ਸੋ ਇਸ ਦੇ ਨਾਲ ਕੀ ਹੋਇਆ ਕਿ ਪਿਛਲੇ ਸਮੇਂ ਤੁਸੀਂ ਦੇਖਿਆ ਕਿ ਹੁਣ ਆਨਲਾਈਨ ਪੜ੍ਹਾਈ ਕਰਾਉਣ ਦੀ ਜ਼ਰੂਰਤ ਪਈ ਹੈ ਪੰਡੈਮਿਕ ਕਰਕੇ ਉਹਦੇ ਕਰਕੇ ਵੀ ਰਿਸੋਰਸਸ ਵੱਧ ਲਾਉਣੇ ਪਏ ਆ ਉਹਦੇ ਵਾਸਤੇ ਵੱਖਰੀ ਤਿਆਰੀ ਕਰਨ ਵਾਸਤੇ ਉਹਦਾ ਵੱਖਰਾ ਖਰਚਾ ਵੀ ਜ਼ਿਆਦਾ ਹੋਇਆ ਹੂੰ ਹੂੰ ਸੋ ਇਸ ਸਵਾਲ ਤੇ ਜਦੋਂ ਐਜੂਕੇਸ਼ਨ ਮਿਨਿਸਟਰ ਹੁਣਾਂ ਨੇ ਗੱਲ ਇਹਦੀ ਦੱਸੀ ਇਸ ਲੰਘੇ ਹਫ਼ਤੇ ਗੱਲ ਕੀਤੀ ਹੈ ਡਰਿਆਨਾ ਲੈਗਰਾਂਜ ਨੇ ਉਹਨੇ ਕਿਹਾ ਵੀ ਇਹ ਜਿਹੜਾ ਸਾਰਾ ਖਰਚਾ ਹੈ ਕਿ ਕਰਿਕੂਲਮ ਨੂੰ ਅਗਲੇ ਸਾਲ ਲਾਗੂ ਕਰਨ ਬਾਰੇ ਉਹਦੀ ਤਿਆਰੀ ਬਾਰੇ ਉਹ ਸਾਰਾ ਖਰਚਾ ਅਲਬਰਟਾ ਐਜੂਕੇਸ਼ਨ ਬਜਟ ਵਿੱਚ ਹੀ ਕੀਤਾ ਜਾਊਗਾ ਹੁਣ ਦੇਖੋ ਜਿਹੜਾ ਬਜਟ ਆਲਰੇਡੀ ਟਾਈਟ ਹੈ ਕਿਉਂਕਿ ਹਰ ਸਾਲ ਪਬਲਿਕ ਸਕੂਲਾਂ ਦੇ ਵਿੱਚ ਬੱਚੇ ਵਧ ਰਹੇ ਆ ਤੇ ਬਜਟ ਉਨਾ ਹੀ ਹੈ ਤੇ ਦਾ ਮਤਲਬ ਇਹ ਹੈ ਕਿ ਹਰ ਬੱਚੇ ਤੇ ਖਰਚਾ ਜਿਹੜਾ ਬਜਟ ਬਜਟ ਜਿਹੜਾ ਹੈਗਾ ਅੰਗੀ ਨਿਰਧਾਰਿਤ ਬਜਟ ਹੈ ਉਹ ਘਟ ਰਿਹਾ ਹੈ ਜੀ ਤੋ ਜੇ ਅਸੀਂ ਕਲਾਸਰੂਮ ਬਜਟ ਦੇ ਵਿੱਚੋਂ ਇਸ ਕਿਊਰੀ ਕਲਬ ਦੀ ਤਿਆਰੀ ਵਾਸਤੇ ਖਰਚਾ ਕਰਦੇ ਆ ਤਾਂ ਇਹਦਾ ਮਤਲਬ ਸਾਡੇ ਕਲਾਸਰੂਮ ਬਜਟ ਤੇ ਦਾ ਬੋਝ ਪਊਗਾ ਉਹਦਾ ਭਾਵ ਸਿੱਧਾ ਹੀ ਹੈ ਕਿ ਅਧਿਆਪਕ ਤੇ ਸਪੋਰਟਸ ਸਟਾਫ ਤੇ ਮਟੀਰੀਅਲ ਜਿਹੜਾ ਚਾਹੀਦਾ ਉਹਦੇ ਤੇ ਹੁਣ ਕੰਜੂਸੀ ਕਰਨ ਦੀ ਜ਼ਰੂਰਤ ਹੋਵੇਗੀ ਜੇ ਤੁਸੀਂ ਇਸ ਕਿਊਰੀ ਕਲਬ ਦੀ ਤਿਆਰੀ ਵਾਸਤੇ ਬਜਟ ਜਿਹੜਾ ਜਾਂ ਖਰਚਾ ਜਿਹੜਾ ਉਹ ਕਰਨਾ ਹੂੰ ਹੂੰ ਤੋ ਇਹ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਸਿਹਤ ਤੇ ਸਿੱਖਿਆ ਬਹੁਤ ਦੋ ਜਿਹੜੇ ਅਹ ਅਹਿਮ ਵਿਭਾਗ ਨੇ ਜੀ ਅਹਿਮ ਵਿਭਾਗ ਹੈ ਔਰ ਉਹਨਾਂ ਤੇ ਹੀ ਅ ਜਿਹੜੀ ਹੈ ਇਹ ਕਵਾੜਾ ਚੱਲਦਾ ਹੈ ਔਰ ਇਹ ਸਰਕਾਰ ਦਾ ਮੁੱਢ ਤੋਂ ਇਹ ਕਹਿਣਾ ਹੈ ਕਿ ਸਾਡੇ ਸੂਬੇ ਦੇ ਵਿੱਚ ਅ ਜਿਹੜਾ ਖਰਚਾ ਜਿਹੜਾ ਐਕਸਪੈਂਡੀਚਰ ਹੈ ਉਹ ਇੱਕ ਮਾਮਲਾ ਹੈ ਤੇ ਰੈਵਨਿਊ ਸਾਡੇ ਰੈਵਨਿਊ ਕੋਈ ਇੱਥੇ ਰੈਵਨਿਊ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਪਤਾ ਨਹੀਂ ਇਹ ਕਿਸ ਕਿੱਥੋਂ ਕਿਸ ਤਰ੍ਹਾਂ ਦੀ ਸੋਚ ਹੈ ਹਮਮ ਰੈਵਨਿਊ ਲਗਾਤਾਰ ਘਟ ਰਿਹਾ ਕਿਉਂਕਿ ਤੇਲ ਦੀ ਕੀਮਤਾਂ ਡਿੱਗ ਪਈਆਂ ਹੋਰ ਪਾਸੇ ਕਿਤੋਂ ਆਮਦ ਕੋਈ ਆਮਦਨ ਕੋਈ ਹੈ ਨਹੀਂਗੀ ਖਰਚਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਉਹਦੇ ਵਿੱਚ ਫਿਰ ਗਾਹਾਂ ਕਟੌਤੀਆਂ ਤੇ ਫਿਰ ਉਸ ਤੋਂ ਬਾਅਦ ਲੇਆਫਸ ਅਧਿਆਪਕਾਂ ਦੀਆਂ ਤੇ ਹੋਰ ਸਟਾਫ ਦੀਆਂ ਹੂੰ ਹੂੰ ਸੋ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਔਰ 2023 ਤੱਕ ਇਹਨਾਂ ਨੇ ਇੱਕ ਗੱਲ ਇਹ ਵੀ ਕੀਤੀ ਹੈ ਕਿ ਜਿਹੜੇ ਸਾਡੇ ਜਿਹੜੀ ਬੋਰਡ ਹੈ ਸਕੂਲ ਬੋਰਡ ਹੈ ਉਹਨਾਂ ਨੂੰ 26 ਮਿਲੀਅਨ ਡਾਲਰ ਦੀ ਕਟੌਤੀ ਇਸ ਸਾਲ ਕੀਤੀ ਜਾਊਗੀ ਤੇ ਇਹ ਕਟੌਤੀ ਹਰ ਸਾਲ ਹੁੰਦੀ ਰਹੂਗੀ ਤਾਂ ਜਦੋਂ ਸਕੂਲ ਬੋਰਡ ਕੋਲ ਹੀ ਪੈਸੇ ਨਾ ਹੋਏ ਤਾਂ ਉਹ ਅੱਗੇ ਸਕੂਲਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਖਰਚੇ ਜਿਹੜੇ ਆ ਉਹਨਾਂ ਨੂੰ ਪੂਰੇ ਕਰਨ ਦੇ ਤੇ ਖਾਸ ਕਰਕੇ ਹਰ ਸਾਲ ਤਕਰੀਬਨ 1500 ਦੇ ਕਰੀਬ 15000 ਦੇ ਕਰੀਬ ਨਵੇਂ ਰੋਲਮੈਂਟ ਹੁੰਦੀ ਹੈ ਉਹਨਾਂ ਨੂੰ ਕਿਵੇਂ ਅਕਮੋਡੇਟ ਹੋਏਗਾ ਕੀਤਾ ਜਾਏਗਾ ਉਹਨਾਂ ਦੇ ਲਈ ਕਿਵੇਂ ਨਵੇਂ ਟੀਚਰ ਰੱਖੇ ਜਾਣਗੇ ਇਹ ਵੱਡਾ ਸਵਾਲ ਹੈ ਸਰਕਾਰ ਦੇ ਲਈ ਇਦੇ ਚ ਇਹੀ ਮੈਂ ਗੱਲ ਐਡ ਕਰਨੀ ਚਾਹਾਂਗਾ ਕਿ ਸਕੂਲਾਂ ਜਿਹੜੇ ਪਬਲਿਕ ਸਕੂਲ ਹਨ ਉਹਨਾਂ ਦੀ ਗਿਣਤੀ ਵਧ ਰਹੀ ਹੈ ਔਰ ਉਹਦੀ ਬਜਾਏ ਇਹਨਾਂ ਨੇ ਪਬਲਿਕ ਸਕੂਲਾਂ ਦੀ ਫੰਡਿੰਗ ਤੇ ਕੰਟਰੋਲ ਕਰਕੇ ਉਹਦੀ ਬਜਾਏ ਪ੍ਰਾਈਵੇਟ ਸਕੂਲਾਂ ਨੂੰ ਕਿ 20 ਮਿਲੀਅਨ ਡਾਲਰ ਦੀ ਵਧ ਗ੍ਰਾਂਟ ਦੇਣ ਦਾ ਵਾਅਦਾ ਪੈਸੇ ਦੇਣ ਦਾ ਇਹਨਾਂ ਨੇ ਐਲਾਨ ਕੀਤਾ ਹੈ ਇਹਨਾਂ ਦਾ ਤਰਕ ਹੈ ਕਿ ਪ੍ਰਾਈਵੇਟ ਸਕੂਲਾਂ ਚ ਰੋਲਮੈਂਟ ਵਧ ਰਹੀ ਹੈ ਹਾਲਾਂਕਿ ਐਡਮਿੰਟਨ ਪਬਲਿਕ ਸਕੂਲਾਂ ਦੇ ਵਿੱਚ ਅਗਲੇ ਸਾਲ 2.3% ਦਾ ਸਟੂਡੈਂਟਸ ਦਾ ਵਾਧਾ ਹੋਣ ਦਾ ਅਨੁਮਾਨ ਲਾਇਆ ਗਿਆ ਹੈ ਹੂੰ ਵਿਰੋਧੀ ਧਿਰ ਨੇਤਾ ਨੂੰ ਇਸ ਨੂੰ ਇਸ ਤਰ੍ਹਾਂ ਲਿਆ ਕਿ ਉਹਨਾਂ ਦੇ ਕ੍ਰਿਟਿਕ ਨੇ ਸਾਡੇ ਡਿਪਟੀ ਲੀਡਰ ਨੇ ਵਿਰੋਧੀ ਧਿਰ ਦੇ ਐਨਡੀਪੀ ਦੇ ਸਰਾ ਆਫ ਮੈਨ ਐਮਐਲਏ ਉਹਨਾਂ ਨੇ ਕਿਹਾ ਕਿ ਕਰਿ ਕੁਲਮ ਵਾਸਤੇ ਵੱਖਰੀ ਰਕਮ ਨਾ ਦਿੱਤੇ ਜਾਣਾ ਇਹ ਮੰਤ ਭਾਗਾ ਕਿਉਂਕਿ ਜੇ ਪੜਾਈ ਵਾਸਤੇ ਜਿਹੜੀ ਰਕਮ ਜਿਹੜੀ ਕਲਾਸਰੂਮ ਸਟੱਡੀ ਦੇ ਵਿੱਚੋਂ ਜੇ ਕਟੌਤੀ ਕਰਾਂਗੇ ਤਾਂ ਉਹਦੇ ਤੇ ਜਿਹੜਾ ਵਿਦਿਆਰਥੀਆਂ ਦੀ ਪੜਾਈ ਤੇ ਅਸਰ ਪਾਊਗਾ ਉਹਨਾਂ ਨੇ ਵੀ ਕਿਹਾ ਵੀ ਪਿਛਲੇ ਸਾਲ ਜਦੋਂ 310 ਸਰਟੀਫਾਈਡ ਟੀਚਰ ਕੱਢਤੇ ਸੀਗੇ 1907 ਐਜੂਕੇਸ਼ਨਲ ਸਪੋਰਟ ਸਟਾਫ ਨੂੰ ਪਰ ਕਰ ਦਿੱਤਾ ਸੀ ਇਸ ਤਰ੍ਹਾਂ ਜਿਹੜਾ ਸਾਡੀ ਕ੍ਰੇਡੀਅਨ ਯੂਨੀਅਨ ਆਫ ਪਬਲਿਕ ਅਪਲਾਈਜ਼ ਹੈ ਜਿਹਦੇ 8000 ਮੈਂਬਰ ਨੇ ਸਕੂਲ ਸਪੋਰਟ ਵਰਕਰ ਉਹਨਾਂ ਨੂੰ ਲਿਓਫ ਕੀਤਾ ਸੀ ਟੈਂਪਰੇਰੀ ਤੌਰ ਤੇ ਪਰ ਉਹਨਾਂ ਨੂੰ ਹਾਲਤ ਬੁਲਾਇਆ ਦੇਗਾ ਸੋ ਇਸ ਤਰ੍ਹਾਂ ਦੇ ਹਾਲਾਤ ਨੇ ਜੀ ਜੀ ਬ੍ਰਾਟ ਸਾਬ ਸੋ ਦੋਸਤੋ ਇਹ ਸੀ ਦੂਜੇ ਸੈਗਮੈਂਟਨ ਵਿੱਚ ਚਰਚਾ ਚਾ ਚੱਕ ਮਾਸ਼ਰ ਬ੍ਰੇਕ ਤੋਂ ਬਾਅਦ ਨਵੇਂ ਟੌਪਿਕਸ ਦੇ ਨਾਲ ਵਿਚਾਰ ਚਾ ਚਾ ਲਈ ਮੋੜ ਵਾਪਸ ਆਉਣੇ ਆ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਆਪੋ ਆਪਣੇ ਟੀਵੀ ਸੈੱਟ ਹੁਣੇ ਆਨ ਕੀਤੇ ਨੇ ਉਹਨਾਂ ਦੇ ਜਾਣਕਾਰੀ ਦੇ ਲਈ ਇਸ ਵੇਲੇ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪ ਆਪਣੇ ਘਰਾਂ 'ਚ ਟੀਵੀ ਸੈੱਟ 'ਤੇ ਦੇਖ ਰਹੇ ਹੋ ਨਾਲ ਦੀ ਨਾਲ ਇਸ ਨੂੰ ਰੇਡੀਓ ਸਾਊਥ ਏਸ਼ੀਆ 'ਤੇ ਵੀ ਸੁਣ ਰਹੇ ਹੋ ਸੋ ਅਗਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਲਈ ਸਰ ਨਾਲ ਕਰਤੋ ਜੋੜ ਰਹੇ ਨੇ ਗੁਰਬਚਨ ਬਰਾੜ ਜੀ ਜੀ ਬਰਾੜ ਸਾਹਿਬ ਗੱਲਬਾਤ ਨੂੰ ਅੱਗੇ ਤੋਰਦੇ ਹੋਏ ਮੇਰਾ ਖਿਆਲ ਹੈ ਹੁਣ ਗੱਲ ਕਰਦੇ ਆਪਾਂ ਕਿ ਜੋ ਫੈਡਰਲਸ ਕਾਰ ਦੇ ਵੱਲੋਂ ਲਾਜ਼ਮੀ ਹੋਟਲ ਕਵਾਰੰਟਾਈਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਇਹ ਪ੍ਰੋਗਰਾਮ ਲੋਕਾਂ ਦੀ ਸੇਫਟੀ ਦੇ ਮਾਮਲੇ ਨੂੰ ਲੈ ਕੇ ਇਸ ਤੇ ਕੋਈ ਸ਼ੱਕ ਨਹੀਂ ਲੇਕਿਨ ਇਸ ਤੇ ਜਿਸ ਦਿਨ ਤੋਂ 22 ਫਰਵਰੀ ਤੋਂ ਇੰਪਲੀਮੈਂਟ ਕੀਤਾ ਹੈ ਉਦੋਂ ਤੋਂ ਹੀ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਇਕ ਤਾਂ ਇਹ ਸੀ ਕਿ ਜਿਹੜੇ 2000 ਡਾਲਰ ਪਹਿਲਾਂ ਫੀਸ ਸੀਗੀ 3 ਦਿਨ ਦੇ ਲਈ ਉਸ ਨੂੰ ਬੇਸ਼ੱਕ ਤੇ ਘਟਾ ਕੇ ਹੁਣ 1200 ਦੇ ਲਗਭਗ ਹੋ ਗਈ ਹੈ ਡਿਪੈਂਡਸ ਅਪਨ ਹੋਟਲ ਟੂ ਹੋਟਲ ਜਿਸ ਤੇ ਠਹਿਰੇ ਨੇ ਪਰ ਉਸ ਦੇ ਨਾਲ ਜਿਹੜੀਆਂ ਨਿਰਾਸ਼ਾਜਨਕ ਗੱਲਾਂ ਸਾਹਮਣੇ ਆਈਆਂ ਨੇ ਕਿ ਹਾਲ ਹੀ ਦੇ ਵਿੱਚ ਦੋ ਔਰਤਾਂ ਤੇ ਜੋ ਅਟੈਕ ਕੀਤਾ ਗਿਆ ਹੈ ਜਸਮਾਨੀ ਹਮਲਾ ਕੀਤਾ ਗਿਆ ਉਸ ਨੂੰ ਲੈ ਕੇ ਇਹ ਮਾਮਲਾ ਬਹੁਤ ਗਰਮਾ ਗਿਆ ਹੈ ਕਨਜ਼ਰਵੇਟਿਵ ਨੇ ਇਹ ਮੁੱਦਾ ਚੁੱਕਿਆ ਉਹ ਤਾਂ ਕਹਿੰਦੇ ਸੀ ਫਿਲਹਾਲ ਸਸਪੈਂਡ ਕਰੋ ਇਸ ਪ੍ਰੋਗਰਾਮ ਨੂੰ ਜਦੋਂ ਤੱਕ ਇਹਨਾਂ ਨੂੰ ਲੋਕਾਂ ਨੂੰ ਸੇਫਟੀ ਨਹੀਂ ਦਿੱਤੀ ਜਾਂਦੀ ਹੈਗੀ ਸੋ ਹੁਣ ਇਸ ਗੱਲ ਨੂੰ ਮੈਨੂੰ ਲੱਗਦਾ ਗੰਭੀਰਤਾ ਨਾਲ ਲਿਆ ਹੈ ਜਿਹੜੀ ਸੱਤਾਤਰੀ ਪਾਰਟੀ ਲੇਬਲਸ ਐ ਇਸ ਬਾਰੇ ਅਪਡੇਟ ਦਿਓ ਕਾਮਨ ਕਾਮਨਸ ਕਮੇਟੀ ਦੇ ਵਿੱਚ ਹੁਣ ਇਸ ਦੇ ਬਾਰੇ ਨਜ਼ਰ ਰੱਖੀ ਜਾ ਰਹੀ ਹੈ ਸਟੱਡੀ ਕੀਤੀ ਜਾ ਰਹੀ ਹੈ ਵਿਸਥਾਰ ਨਾਲ ਦੱਸੋ ਇਸ ਖਬਰ ਬਾਰੇ ਅ ਬਸੋਤਾ ਜੀ ਤੁਸੀਂ ਗੱਲ ਕੀਤੀ ਜਿਹੜੀ ਕੁਆਰੰਟਾਈਨ ਲਾਜ਼ਮੀ ਕੀਤੀ ਹੈ ਉਹਦੇ ਮਾਮਲੇ ਚ ਇਦਾਂ ਕਿ ਕੁਆਰੰਟਾਈਨ ਤੋਂ ਜਿਹੜੇ ਵਿਦੇਸ਼ਾਂ ਤੋਂ ਪਰਤਣ ਵਾਲੇ ਲੋਕ ਆ ਉਹਨਾਂ ਨੂੰ ਅਰਪੋਰਟ ਦੇ ਨੇੜੇ ਦੇ ਹੋਟਲਾਂ ਵਿੱਚ ਤਿੰਨ ਦਿਨ ਦੇ ਵਾਸਤੇ ਠਹਿਰਨ ਦਾ ਲਾਜ਼ਮੀ ਕੀਤਾ ਹੋਇਆ ਤਾਂ ਕਿ ਉਹਨਾਂ ਦਾ ਜਿਹੜਾ ਟੈਸਟ ਕਰਾਉਣ ਤੋਂ ਬਾਅਦ ਜੇ ਉਹ ਨੈਗੇਟਿਵ ਆਉਂਦਾ ਤਾਂ ਫਿਰ ਉਹ ਤਿੰਨ ਦਿਨਾਂ ਤੋਂ ਬਾਅਦ ਆਪਣੀ ਪ੍ਰਾਂਤ ਜਾ ਸਕਦੇ ਐ ਉਥੇ ਜਾ ਕੇ ਉਹ ਬਾਕੀ ਦੇ 11 ਦਿਨ ਉਹਨਾਂ ਨੇ ਕੁਆਰੰਟਾਈਨ 'ਚ ਰਹਿਣਾ ਹੁੰਦਾ ਔਰ ਉਸ ਤੋਂ ਬਾਅਦ ਫਿਰ ਵੀ ਇੱਕ ਟੈਸਟ ਹੋਰ ਕਰਕੇ ਉਹਦੀ ਰਿਪੋਰਟ ਦੇਣੀ ਹੁੰਦੀ ਆ ਸੋ ਉਸ ਤੋਂ ਹੀ ਪਹਿਲਾਂ 17 ਤੇ 18 ਫਰਵਰੀ ਨੂੰ ਇਹ ਦੋ ਮਾਮਲੇ ਹੋਏ ਜਿਹਨਾਂ ਆਪਾਂ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਕਿ ਔਰਤ ਮੁਸਾਫਰਾਂ ਨਾਲ ਉਥੇ ਸੈਕਸਚੁਅਲ ਅਸਾਲਟ ਹੋਈ ਹੈ ਇੱਕ ਮਾਮਲਾ ਤਾਂ ਮੌਂਟਰੀਅਲ ਦਾ ਹੈਗਾ 17 ਫਰਵਿਦਾ ਜਦੋਂ ਹੋਟਲ ਦੇ ਵਿੱਚ ਇੱਕ ਕੋਈ ਔਰਤ ਠਹਿਰੀ ਹੋਈ ਸੀਗੀ ਤੇ ਉੱਥੇ ਹੀ ਕੋਈ ਹੋਰ ਮੁਸਾਫਰ ਠਹਿਰਿਆ ਸੀਗਾ ਉਹਨੇ ਆ ਕੇ ਔਰਤ ਨੂੰ ਉਹਦੇ ਕਮਰੇ ਵਿੱਚ ਧੱਕੇ ਨਾਲ ਦਾਖਲ ਹੋ ਗਿਆ ਔਰ ਉਹਨੂੰ ਸੈਕਸਚੁਅਲ ਅਸਾਲਟ ਕਰਨ ਦੀ ਕੋਸ਼ਿਸ਼ ਕੀਤੀ ਹਮ ਸੋ ਉਸ ਆਦਮੀ ਵਿਰੁੱਧ ਤਾਂ ਮਾਮਲੇ ਦਰਜ ਕੀਤੇ ਔਰ ਉਹ ਕੇਸ ਜਿਹੜਾ ਉਹ ਅੱਗੇ ਵੱਧਦਾ ਹੈ ਇਸ ਤਰ੍ਹਾਂ 18 ਫਰਵਰੀ ਨੂੰ ਇੱਕ ਮਾਮਲਾ ਹੋਇਆ ਜਿਹੜਾ ਘਰ ਦੇ ਵਿੱਚ ਕੁਆਰੰਟਾਈਨ ਕੀਤੀ ਹੋਈ ਸੀ ਔਰਤ ਸਾਨੂੰ ਪਤਾ ਕਿ ਘਰਾਂ ਜਦੋਂ ਕੋਈ ਕੁਆਰੰਟਾਈਨ ਹੁੰਦਾ ਤਾਂ ਉੱਥੇ ਫੈਡਰਲ ਸਰਕਾਰ ਵੱਲੋਂ ਸਕ੍ਰੀਨਿੰਗ ਅਫੀਸਰ ਲਾਏ ਹੋਏ ਆ ਉਹਨਾਂ ਦੀ ਕੰਪਲਾਈਂਸ ਦੇਖਣ ਬਾਰੇ ਵਾਕਈ ਉਹ ਇਹਨਾਂ ਨਿਯਮਾਂ ਦਾ ਪਾਲਣ ਕਰ ਰਹੇ ਨੇ ਕਿ ਨਹੀਂ ਕਰ ਰਹੇ ਸੋ ਇਸ ਤਰ੍ਹਾਂ ਉੱਥੇ ਵੀ ਜਿਹੜਾ ਸਕ੍ਰੀਨਿੰਗ ਅਫੀਸਰ ਗਿਆ ਉਹਨੇ ਦੇਖਿਆ ਕਿ ਔਰਤ ਜਿਹੜੀ ਉਲੰਘਣਾ ਕਰ ਰਹੀ ਹੈ ਤੇ ਉਹਨੂੰ ਅਸੌਲਟ ਸੈਕਸੂਅਲ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ ਨਾਲ ਹੀ ਉਹਨੇ ਔਰਤ ਬਾਸੋ ਗਿਆ ਵੀ ਤੂੰ ਮੈਨੂੰ ਰਿਸ਼ਵਤ ਦੇ ਜੇ ਮੈਂ ਫਿਰ ਤੇਰੀ ਰਿਪੋਰਟ ਨਹੀਂ ਕਰਦਾ ਇਸ ਤਰ੍ਹਾਂ ਦੇ ਦੋ ਮਾਮਲੇ ਸੀਗੇ ਸੋ ਇਹਨਾਂ ਦੋ ਮਾਮਲਿਆਂ ਤੋਂ ਬਿਨਾਂ ਕੁਝ ਹੋਰ ਮਾਮਲੇ ਵੀ ਆ ਜਦੋਂ ਜਿਹੜੇ ਹੁਣ 22 ਤੋਂ ਬਾਅਦ ਨਿਗਾਹ 'ਚ ਆਏ ਹੋਏ ਕਿ ਵੀ ਜਿਹੜੀ ਰੂਮ ਬੁੱਕ ਕਰਾਉਣੇ ਹੁੰਦੇ ਹਨ ਹੋਟਲਾਂ ਦੇ ਉਹਨਾਂ 'ਤੇ ਕਾਫੀ ਲੰਬਾ ਸਮਾਂ ਕਾਲ ਜਿਹੜੀ ਉਹ ਡਿਲੇ ਹੁੰਦੀ ਹੈ ਉਹਨਾਂ ਕਮਰਿਆਂ ਦੇ ਵਿੱਚ ਸਫਾਈ ਦਾ ਬਹੁਤਾ ਵਧੀਆ ਪ੍ਰਬੰਧ ਨਹੀਂ ਖਾਣ ਯਾਰ ਦਾ ਵੀ ਬਹੁਤ ਇਜੇ ਤਰੀਕੇ ਨਾਲ ਪਾਣੀ ਖਾਣਾ ਜਿਹੜਾ ਉਹ ਲੋਕਾਂ ਨੂੰ ਨਹੀਂ ਪਹੁੰਚਦਾ ਸੋ ਇਹ ਜਦੋਂ ਕਈ ਮਾਮਲੇ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਤਾਂ ਜਿਹੜੀ ਵਿਰੋਧੀ ਤਿਰ ਕੰਜ਼ਰਵਟਿਵ ਪਾਰਟੀ ਨੇ ਇਹਦੇ ਤੇ ਤਕੜਾ ਮਤਲਬ ਇਤਰਾਜ਼ ਕੀਤਾ ਔਰ ਉਹਨਾਂ ਦੇ ਕੈਂਪੀ ਨੇ ਸ਼ੈਨ ਸਟੱਬਸ ਉਹਨਾਂ ਨੇ ਹਾਊਸ ਆਫ ਕਾਮਰਸ ਦੀ ਪਬਲਿਕ ਸੇਫਟੀ ਕਮੇਟੀ ਚ ਹਮਤਿਆ ਲਿਆਂਦਾ ਕਿ ਇਹਦੇ ਜਿਹੜਾ ਸਾਰਾ ਪੋਰਟਲ ਕੁਆਰੰਟਾਈਨ ਦਾ ਤੇ ਐਟ ਹੋਮ ਕੁਆਰੰਟਾਈਨ ਜਿਹੜਾ ਮਾਮਲਾ ਹੈਗਾ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਦੀ ਘੋਖ ਕਰੀਏ ਤੇ ਇਹਨੂੰ ਇਹਨੂੰ ਮਤਲਬ ਆਪਾਂ ਸੋਧ ਕੇ ਠੀਕ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਇਹੜੀਆਂ ਸ਼ਿਕਾਇਤਾਂ ਆਈਆਂ ਕਿਉਂਕਿ ਇੰਟਰਨੈਸ਼ਨਲ ਜਿਹੜੇ ਮੁਸਾਫਿਰ ਆ ਉਹਦੇ ਚ ਉਹ ਵੀ ਸ਼ਾਮਲ ਹੁੰਦੇ ਆ ਔਰ ਇਸ ਤਰ੍ਹਾਂ ਜਿਹੜਾ ਸਾਡੇ ਦੇਸ਼ ਦੀ ਜਿਹੜੀ ਦਿੱਖ ਹੈ ਉਹ ਬਾਰੇ ਉਹ ਵੀ ਖਰਾਬ ਹੁੰਦੀ ਹੈ ਸੋ ਇਸ ਤਰ੍ਹਾਂ ਫਾਇਦਾ ਇਸ ਤਰ੍ਹਾਂ ਫੈਸਲਾ ਕੀਤਾ ਗਿਆ ਕਿ ਹੁਣ ਇਹਦੀ ਸਟੱਡੀ ਕਰਕੇ ਇਸ ਸੋਧਾ ਕੀਤਾ ਜਾਵੇ ਇਹਦੀ ਮੇਨ ਟਾਈਮ ਉਹਨਾਂ ਨੇ ਕਿਹਾ ਕਿ ਜਿਹੜੇ ਅ ਇਸ ਸਬੰਧ ਦੇ ਵਿੱਚ ਤਿੰਨ ਚਾਰ ਜਿਹੜੇ ਵਿਭਾਗ ਨੇ ਜਿਵੇਂ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਹੈ ਆਰ ਸੀ ਐਮ ਪੀ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਹੈ ਜਾਂ ਸਾਡੇ ਹੈਲਥ ਮਿਨਿਸਟਰ ਨੇ ਪਬਲਿਕ ਸੇਫਟੀ ਮਿਨਿਸਟਰ ਨੇ ਬੈਲ ਬਲੇਰ ਉਹਨਾਂ ਨੂੰ ਕਿਹਾ ਵੀ ਇਹ ਆ ਕੇ ਕਮੇਟੀ ਅੱਗੇ ਆਪਣਾ ਗਵਾਹੀ ਦੇਣ ਉੱਥੇ ਆਪਦੇ ਵਿਚਾਰ ਜਿਹੜੇ ਆ ਉਹ ਸਾਂਝੇ ਕਰਨ ਤਾਂ ਕਿ ਪਤਾ ਲੱਗੇ ਸਾਨੂੰ ਵੀ ਇਹ ਹੁਣ ਕੀ ਹੋਇਆ ਤੇ ਕੀ ਇਹ ਇਸ ਵਿੱਚ ਸੋਧਾਂ ਕੀਤੀਆਂ ਜਾ ਸਕਦੀਆਂ ਹਨ ਸੋ ਨਾਲ ਦੀ ਨਾਲ ਹੀ ਸ਼ੈਨ ਸਟੱਬਸ ਨੇ ਕਿਹਾ ਕਿ ਸਾਡੀ ਜਿਹੜੀ ਯਾਤਰੀਆਂ ਦੀ ਸੁਰੱਖਿਆ ਕੈਨੇਡੀਅਨ ਦੀ ਸੁਰੱਖਿਆ ਔਰ ਸੇਫਟੀ ਬਹੁਤ ਜ਼ਰੂਰੀ ਹੈ ਇਸ ਕਰ ਇਸ ਕਰਕੇ ਦੀ ਕੰਪਲਾਈਂਸ ਕਰਨ ਵਾਲੇ ਜਿਹੜੇ ਸਕਰੀਨਿੰਗ ਆਫੀਸਰ ਹੈ ਜਾਂ ਜਿਹੜੇ ਸਕਿਉਰਟੀ ਆਫੀਸਰ ਹੈ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹਨਾਂ ਦੀ ਵੈਟਿੰਗ ਹੈ ਉਹਦੇ ਤੇ ਵੀ ਪੂਰਾ ਧਿਆਨ ਦੇਣ ਦੀ ਲੋੜ ਹੈ ਸੋ ਲਿਬਰਲਸ ਨੇ ਇਹਦੇ ਤੇ ਥੋੜਾ ਜਿਆਦਾ ਇਸ ਤਰ੍ਹਾਂ ਕਿਹਾ ਕਿ ਹੁਣ ਇਹ ਸਾਰਾ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਐਮਪੀ ਨੇ ਗ੍ਰੈਗ ਫਰਗਸ ਉਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜੇ ਆਰੋਪ ਹੈ ਇਹ ਕਾਫੀ ਸੀਰੀਅਸ ਹੈ ਤੇ ਨਾ ਬਰਦਾਸ਼ਤ ਕਰਨ ਯੋਗ ਹੈ ਇਹ ਬਹੁਤ ਸੀਰੀਅਸ ਹੈ ਕਰਕੇ ਇਹਦੇ ਵਿੱਚ ਸੋਧਾ ਲਿਆ ਕੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਵੀ ਇਹ ਕਿਹਾ ਗਿਆ ਇਹ ਸਾਰਾ ਕੁਝ ਠੀਕ ਕੀਤਾ ਜਾਊਗਾ ਜੀ ਬਰਾੜ ਸਾਹਿਬ ਅ ਬਰਾਦ ਸਭ ਜਾਂਦੇ ਜਾਂਦੇ ਹੁਣ ਆਪਾਂ ਜੋ ਅਲਬਰਟਾ ਦੇ ਵਿੱਚ ਕੋਵਿਡ 19 ਦੇ ਨੀਮਾ ਸੰਬੰਧੀ ਕੁਝ ਹੋਰ ਢਿੱਲਾ ਦਿੱਤੀਆਂ ਗੀਆਂ ਜਾਂ ਨੇ ਸਟੈਪ 2 ਦੇ ਦੌਰਾਨ ਉਸ ਦੇ ਬਾਰੇ ਵੀ ਵਿਚਾਰ ਚਰਚਾ ਕਰਦੇ ਹਾਂ ਕੱਲ ਜਿੱਤੋਂ ਐਲਾਨ ਕੀਤਾ ਹੈ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਸਟੈਪ 2 ਦੇ ਦੌਰਾਨ ਢਿੱਲਾ ਦੇਣ ਦਾ ਚਾਹੇ ਅ ਇਸ ਦੇ ਵਿੱਚ ਥੋੜੀ ਨਰਮਾਈ ਦਿੱਤੀ ਗਈ ਹੈ ਪਹਿਲਾਂ ਦੇ ਨਾਲੋਂ ਲੇਕਿਨ ਉਸ ਨੂੰ ਲੈ ਕੇ ਕਈ ਜਿਹੜੇ ਬਿਜ਼ਨਸ ਵਾਲੇ ਨੇ ਉਹ ਨਿਰਾਸ਼ ਜਾਪ ਰਹੇ ਨੇ ਇਸ ਬਾਰੇ ਦੱਸੋ ਕਿਹੜੇ ਕਿਹੜੇ ਬਿਜ਼ਨਸ ਵਾਲੇ ਨਿਰਾਸ਼ ਨੇ ਤੇ ਕਿਉਂ ਨਿਰਾਸ਼ ਨੇ ਜੀ ਹਾਂ ਜੀ ਇਸ ਜਿਹੜਾ ਨੂੰ ਆਪਾਂ ਸੈਕੰਡ ਫੇਸ ਕਹਿੰਦੇ ਸੀਗੇ ਵੀ ਇਹ ਪਿੱਛੇ ਇਹਨਾਂ ਨੇ ਸਰਕਾਰ ਨੇ ਕਿਹਾ ਸੀਗਾ ਸੀ 8 ਮਾਰਚ ਤੋਂ ਸ਼ਾਇਦ ਕਿਹਾ ਸੀ ਬਲਕਿ ਉਹਦੀ ਬਜਾਏ ਹੁਣ 1 ਮਾਰਚ ਤੋਂ ਹੀ ਕੁਝ ਥੋੜੀ ਜਿਹੀ ਬਹੁਤ ਮਾਮੂਲੀ ਜੀ ਜਿਹੜੀ ਥੱਲੋ ਦਿੱਤੀ ਗਈ ਹੈ ਜਿਸ ਤਰ੍ਹਾਂ ਲਾਇਬ੍ਰੇਰੀਆਂ ਖੋਲੀਆਂ ਗਈਆਂ ਜਿੱਦਾਂ ਉਹੀ ਲਿਮਿਟ ਹੈ 15% ਦੀ ਤੇ ਛੋਟੇ ਛੋਟੇ ਗਰੁੱਪਾਂ ਵਾਲੇ ਫਿਟਨੈਸ ਜਿਹੜੇ ਗਰੁੱਪ ਹੈਗੇ ਉਹਨਾਂ ਨੂੰ ਫਿਟਨੈਸ ਸੈਂਟਰਾਂ ਚ ਜਾਣ ਦੀ ਇਜਾਜ਼ਤ ਦਿੱਤੀ ਇਹ ਦੋ ਗੱਲਾਂ ਹੈਗੇ ਜਿਹੜੀਆਂ ਮੁੱਖ ਹੈ ਕੱਲ ਦੀ ਜਿਹੜੀ ਛੋਟਾ ਉਹਦੇ ਵਿੱਚ ਪਰ ਜਿਹੜੇ ਬੈਂਕ ਟਹਾਲ ਹੈ ਤੇ ਰਿਟੇਲਰ ਜਿਹੜੇ ਹੈਗੇ ਆ ਉਹ ਤੇ ਉਹ ਤੋਂ ਬਿਨਾਂ ਜਿਹੜੇ ਆ ਜਿਹੜੇ ਹੋਰ ਕੁਝ ਸਕੂਲ ਨੇ ਡਾਂਸ ਸਕੂਲ ਵਗੈਰਾ ਉਹਨਾਂ ਨੇ ਜੇ ਇਤਰਾਜ਼ ਕੀਤਾ ਕਿ ਸਾਨੂੰ ਇਹਦੇ ਵਿੱਚ ਖੋਲ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਜਿਹੜੇ ਕੁਝ ਵੱਡੇ ਸਟੇਡੀਅਮ ਹੈਗੇ ਆ ਉੱਥੇ ਜਿਹੜੀਆਂ ਗੇਮਾਂ ਹੁੰਦੀਆਂ ਉੱਥੇ ਵੀ ਦਰਸ਼ਕਾਂ ਦੇ ਜਾਣ ਤੇ ਜੋ ਰੋਕ ਹੈ ਸੋ ਉਹਨਾਂ ਹੁਣ ਸਰਕਾਰ ਦਾ ਤਾਂ ਇਹ ਵੈਸੇ ਤਰਕ ਠੀਕ ਹੈ ਕਿ ਭਾਵੇਂ ਗਿਣਤੀ ਘਟ ਰਹੀ ਹੈ ਕੇਸਾਂ ਦੀ ਕੋਵਿਡ-19 ਦੇ ਪਰ ਜਿਹੜੇ ਨਵੇਂ ਵੇਰੀਐਂਟਸ ਹੈ ਉਹਨਾਂ ਦੇ ਕੇਸਾਂ ਦੀ ਗਿਣਤੀ ਜਿਹੜੀ ਆ ਉਹ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ ਔਰ ਉਹਦੇ ਤੇ ਵਿਗਿਆਨੀਆਂ ਦਾ ਔਰ ਡਾਕਟਰਾਂ ਦਾ ਵੀ ਇਹ ਸੁਝਾਇਆ ਕਿ ਇਹ ਜਿਹੜੀ ਵੇਰੀਐਂਟ ਹੈਗੇ ਕਾਫੀ ਸੀਰੀਅਸ ਹੈ ਇਦਾਂ ਦੇ ਵਿੱਚ ਜਿਹੜਾ ਇਹਦੀ ਇਨਫੈਕਸ਼ਨ ਹੈ ਉਹਦਾ ਰੇਟ 30 ਤੋਂ 40% ਤੱਕ ਵੱਧਦਾ ਜਿਹੜਾ ਜਿਹੜਾ ਪਹਿਲਾ ਕੋਵਿਡ-19 ਦਾ ਜਿਹੜਾ ਸ਼ੁਰੂਆਤੀ ਕੋਵਿਡ-19 ਦਾ ਜਿਹੜਾ ਕਰੋਨਾ ਵਾਇਰਸ ਆਇਆ ਸੀ ਉਹਦੇ ਨਾਲੋਂ ਕਾਫੀ ਤੇਜ਼ੀ ਚ ਫੈਲਦੇ ਆ ਸੋ ਹੁਣ ਇਹ ਠੀਕ ਹੈ ਗੱਲ ਕਿ ਬਿਜ਼ਨਸ ਨੂੰ ਕਾਫੀ ਔਖਾ ਹੈ ਮੁਸ਼ਕਲ ਹੈ ਪਰ ਜੇ ਐਸਸੀ ਇਹਨੂੰ ਖੋਲਦੇ ਆ ਜੇ ਸਰਕਾਰ ਇਹਨਾਂ ਨੂੰ ਥੋੜਾ ਜਿਹਾ ਹੋਰ ਟੈਲ ਦਿੰਦੀ ਆ ਤਾਂ ਫਿਰ ਜ਼ਿਆਦਾ ਕੇਸ ਵਧਣ ਦੀ ਸੰਭਾਵਨਾ ਔਰ ਛੇ ਸਟੋਰ ਤੇ ਉਹ ਕੇਸ ਜਿਹੜੇ ਵੇਰੀਐਂਟ ਦੇ ਕੇਸ ਹੈਗੇ ਹੁਣ ਇੱਕ ਦਿਨ ਦੇ ਵਿੱਚ 35 35 40 40 ਵੇਰੀਐਂਟ ਦੇ ਕੇਸ ਨਵੇਂ ਜਿਹੜੇ ਬਣਿਆ। ਜੀ। ਤੋਂ ਇਸ ਕਰਕੇ ਸਰਕਾਰ ਅਜੇ ਇਸ ਫੈਸਲੇ ਨੂੰ ਇਸੇ ਤਰ੍ਹਾਂ ਰੱਖੂਗੀ ਔਰ ਦੇਖਦੇ ਆ ਕਿ ਅਗਲਾ ਜਿਹੜਾ ਤੀਜਾ ਸਟੈਪ ਹੈ ਉਹਦੇ ਵਿੱਚ ਕਿਸ ਤਰ੍ਹਾਂ ਸਰਕਾਰ ਦੇ ਫੈਸਲੇ ਹੁੰਦੇ ਜੀ ਬਰਾਤ ਸਾਹਿਬ ਬਹੁਤ ਮਿਹਰਬਾਨੀ ਸਰ। ਜੀ। ਥੈਂਕ ਯੂ ਜੀ। ਸੋ ਇਹ ਸਨ ਗੁਰਬਚਨ ਬਰਾੜ ਜੀ ਜੋ ਵੱਖ-ਵੱਖ ਟੌਪਿਕਸ 'ਤੇ ਬਾਰੇ ਵਿਚਾਰ ਚਚਕਾਰੇ ਸੀ ਟੀਵੀ ਦਾ ਪ੍ਰੋਗਰਾਮ ਹੈ। ਇਸ ਮੌਕੇ ਦਾ ਨਾ ਲੇਕਿਨ ਰੇਡੀਓ ਦੇ ਪ੍ਰੋਗਰਾਮ ਦੇ ਵਿੱਚ ਅੱਜ ਬੜੀਆਂ ਦਿਲਚਸਪ ਗੱਲਾਂ ਹੋਣਗੀਆਂ। ਸੁਖ ਧਾਲੀਵਾਲ ਦੇ ਨਾਲ ਗੱਲਬਾਤ ਚੱਲੇਗੀ ਜੋ ਫੈਡਰਲ ਸਰਕਾਰ ਦੇ ਬਹੋਂ ਹਾਲੀ ਵਿੱਚ ਐਲਾਨ ਕੀਤੇ ਗਏ ਨੇ ਤੇ ਉਸ ਤੋਂ ਬਾਅਦ 9 ਵਜੇ ਤੋਂ ਲੈ ਕੇ 10 ਵਜੇ ਤੱਕ ਹੈਲਥ ਸੈਗਮੈਂਟ ਹੋਏਗਾ ਜਿਸ ਦੇ ਵਿੱਚ ਖਾਸ ਚਰਚਾ ਹੋਏਗੀ।